ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਹ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ। ਮੋਸਟ ਇੰਪੋਰਟੈਂਟ ਕੁਐਸਚਨ 10 ਅਗਲੇ ਕੁਐਸਚਨ ਲੈ ਕੇ ਤੁਹਾਡੇ ਅੱਗੇ ਅੱਜ ਫਿਰ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾ ਕੁਐਸਚਨ ਹੈ ਜੀ, ਸਾਡਾ ਭਾਰਤ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਰਾਜ ਕਿਹੜਾ ਹੈ? ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ। ਦਾ ਸਹੀ ਉੱਤਰ ਹੈ ਜੀ ਉੱਤਰ ਪ੍ਰਦੇਸ਼। ਪ੍ਰਸ਼ਨ ਨੰਬਰ 2 ਦੇ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਕਣਕ ਪੈਦਾ ਕਰਨ ਵਾਲਾ ਰਾਜ ਕਿਹੜਾ ਹੈ? ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਕੇਰਲ। ਦਾ ਇਸਦਾ ਸਹੀ ਉੱਤਰ ਹੈ ਜੀ ਉੱਤਰ ਪ੍ਰਦੇਸ਼। ਪੰਜਾਬ। ਪ੍ਰਸ਼ਨ ਨੰਬਰ 3 ਦੇ ਵਿੱਚ ਭਾਰਤ ਦੇ ਕਿਸ ਰਾਜ ਵਿੱਚ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ? ਕੇਰਲ, ਕਰਨਾਟਕ, ਅਸਾਮ ਜਾਂ ਉੱਤਰ ਪ੍ਰਦੇਸ਼। ਦਾ ਇਸਦਾ ਸਹੀ ਉੱਤਰ ਹੈ ਜੀ ਅਸਾਮ ਦੇ ਵਿੱਚ ਜਿਹੜੀ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ। ਪ੍ਰਸ਼ਨ ਨੰਬਰ 4 ਹੈ ਜੀ, ਭਾਰਤ ਦੇ ਕਿਸ ਰਾਜ ਵਿੱਚ ਸਾਖਰਤਾ ਦਰ ਸਭ ਤੋਂ ਵੱਧ ਹੈ? ਕੇਰਲ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼। ਦਾ ਸਹੀ ਉੱਤਰ ਹੈ ਜੀ ਕੇਰਲ। ਪ੍ਰਸ਼ਨ ਨੰਬਰ 5 ਹੈ ਜੀ, ਭਾਰਤ ਦੇ ਕਿਸ ਰਾਜ ਵਿੱਚ ਖੇਤੀ ਹੇਠ ਰਕਬਾ ਸਭ ਤੋਂ ਵੱਧ ਹੈ? ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼। ਦਾ ਇਸਦਾ ਸਹੀ ਉੱਤਰ ਹੈ ਜੀ ਉੱਤਰ ਪ੍ਰਦੇਸ਼। ਪ੍ਰਸ਼ਨ ਨੰਬਰ 6 ਦੇ ਵਿੱਚ ਭਾਰਤ ਦੇ ਕਿਸ ਰਾਜ ਵਿੱਚ ਪਸ਼ੂ ਪਾਲਣ ਸਭ ਤੋਂ ਵੱਧ ਹੈ? ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ। ਦਾ ਸਹੀ ਉੱਤਰ ਹੈ ਜੀ ਉੱਤਰ ਪ੍ਰਦੇਸ਼। ਪ੍ਰਸ਼ਨ ਨੰਬਰ 7 ਜੀ, ਭਾਰਤ ਦੇ ਕਿਸ ਰਾਜ ਵਿੱਚ ਵਸੋਂ ਘਣਤਾ ਸਭ ਤੋਂ ਵੱਧ ਹੈ? ਪੰਜਾਬ, ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ। ਦਾ ਸਹੀ ਉੱਤਰ ਹੈ ਜੀ ਪੱਛਮੀ ਬੰਗਾਲ। ਪ੍ਰਸ਼ਨ ਨੰਬਰ 8 ਹੈ ਜੀ, ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਧ ਚਾਵਲ ਪੈਦਾ ਕੀਤਾ ਜਾਂਦਾ ਹੈ? ਪੰਜਾਬ, ਹਰਿਆਣਾ, ਪੱਛਮੀ ਬੰਗਾਲ, ਮੱਧ ਪ੍ਰਦੇਸ਼। ਦਾ ਸਹੀ ਉੱਤਰ ਹੈ ਜੀ ਪੱਛਮੀ ਬੰਗਾਲ। ਪ੍ਰਸ਼ਨ ਨੰਬਰ 9 ਹੈ ਜੀ, ਭਾਰਤ ਵਿੱਚ ਸਭ ਤੋਂ ਵੱਧ ਲਿੰਗ ਅਨੁਪਾਤ ਕਿਸ ਰਾਜ ਦਾ ਹੈ? ਕੇਰਲ, ਅਰੁਣਾਚਲ ਪ੍ਰਦੇਸ਼, ਕਰਨਾਟਕ, ਪੰਜਾਬ। ਦਾ ਸਹੀ ਉੱਤਰ ਹੈ ਜੀ ਕੇਰਲ। ਪ੍ਰਸ਼ਨ ਨੰਬਰ 10 ਹੈ ਜੀ, ਭਾਰਤ ਦੇ ਕਿਸ ਰਾਜ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਸਭ ਤੋਂ ਵੱਧ ਹਨ? ਰਾਜਸਥਾਨ, ਮਹਾਰਾਸ਼ਟਰ, ਕੇਰਲ, ਕਰਨਾਟਕ। ਦਾ ਇਸਦਾ ਸਹੀ ਉੱਤਰ ਹੈ ਕੇਰਲ। ਇਹ ਸਨ ਸੀ ਸਾਡੇ ਅੱਜ ਦੇ ਪ੍ਰਸ਼ਨਾਂ ਦੀ ਲੜੀ। ਲਿੰਕ ਕਮੈਂਟ ਬਾਕਸ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਅਭਿਆਸ ਲਿੰਕ ਸੈਂਡ ਕੀਤਾ ਜਾਊਗਾ, ਉੱਥੇ ਜਾ ਕੇ ਆਪਣਾ ਅਭਿਆਸ ਟੈਸਟ ਜ਼ਰੂਰ ਕਰਨਾ ਔਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਆਪਣੇ ਸਰਕਲ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਆਪ ਸਭ ਦਾ ਸਮੇਂ ਬਹੁਤ ਬਹੁਤ ਸ਼ੁਭ ਹੋਵੇ ਜੀ। ਧੰਨਵਾਦ ਜੀ ਸਾਰਿਆਂ ਦਾ।